ਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਵਾਲੀਆ ਡੋਲ ਤੇ ਸਵਾਗਤ ਕਰਦੀ ਹਾਂ ਤੁਹਾਡਾ ਐਚਐਸ ਰਿਕੋਰਸ ਚੈਨਲ ਦੇ ਉੱਪਰ ਚੱਲ ਰਹੇ ਪ੍ਰੋਗਰਾਮ ਮਿੱਠੀਆਂ ਗੱਲਾਂ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਮਿੱਠੀਆਂ ਗੱਲਾਂ ਦੇ ਰਾਹੀਂ ਅਸੀਂ ਸਮੇਂ-ਸਮੇਂ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਫਨਕਾਰਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਰਾਜਾ ਘੁੰਮਣ ਜੀ। ਰਾਜਾ ਘੁੰਮਣ ਜੀ ਮਿੱਠੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਾਜਾ ਘੁੰਮਣ। ਮਿੱਠੀਆਂ ਗੱਲਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ ਔਰ ਮੈਂ ਐਚ ਐਸ ਬਿੱਲਾ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮਿੱਠੀਆਂ ਗੱਲਾਂ ਦੇ ਵਿੱਚ ਤੁਹਾਡੇ ਸਾਹਮਣੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ। ਹਾਂਜੀ ਰਾਜਾ ਘੁੰਮਣ ਜੀ, ਤੁਸੀਂ ਸਾਨੂੰ ਫਸਟ ਆਫ ਆਲ ਇਹ ਦੱਸੋ ਆਪਣੇ ਫੈਮਿਲੀ ਬੈਕਗ੍ਰਾਉਂਡ ਬਾਰੇ ਦੱਸੋ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਜਲੰਧਰ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ ਔਰ ਮੇਰਾ ਲਾਡ ਵਾਲੀ ਰੋਡ ਅਰਜੁਨ ਨਗਰ ਦੇ ਵਿੱਚ ਘਰ ਹੈ ਜੀ ਔਰ ਫੈਮਿਲੀ ਦੇ ਵਿੱਚ ਅਸੀਂ ਚਾਰ ਭਰਾ ਹਾਂ, ਦੋ ਸਿਸਟਰਸ ਨੇ ਅਤੇ ਸਾਰੇ ਮੈਰਿਡ ਨੇ। ਐਂਡ ਸਟੱਡੀ ਕਿੰਨੀ ਕੀਤੀ ਹੋਈ ਹੈ ਤੁਸੀਂ, ਕਿੰਨਾ ਪੜ੍ਹੇ ਹੋ? ਸਟੱਡੀ ਮੈਂ ਏ ਸੀ ਆਰ ਦੇ ਵਿੱਚ ਇੰਜੀਨੀਅਰਿੰਗ ਕੀਤੀ ਹੈ, ਡਿਪਲੋਮਾ ਕੀਤਾ ਉਸਦੇ ਵਿੱਚ ਅਤੇ ਗ੍ਰੈਜੂਏਸ਼ਨ ਮੈਂ ਦੁਆਬਾ ਕਾਲਜ ਦੇ ਵਿੱਚ ਕੀਤੀ ਹੈ। ਉਹ ਵੀ ਮੈਨੂੰ ਸਿਸਟਰ ਨੇ ਕਿਹਾ ਕਿ ਕਹਿੰਦੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲਾ। ਪਹਿਲਾਂ ਮੈਂ ਖਾਲਸਾ ਕਾਲਜ ਪੜ੍ਹਦਾ ਸੀਗਾ, ਵਿੱਚ ਹੀ ਛੱਡ ਦਿੱਤੀ ਸੀਗੀ ਮੈਂ ਆਪਣੀ ਸਟੱਡੀ ਅਤੇ ਮੈਂ ਡਿਪਲੋਮੇ ਵੱਲ ਹੋ ਗਿਆ ਅਤੇ ਸਿਸਟਰ ਨੇ ਕਿਹਾ ਕਿ ਤੂੰ ਪੜ੍ਹ ਲਾ ਜਾਂ ਕੁਛ ਦਾ ਕਰ ਲਾ, ਆਪਣੀ ਗ੍ਰੈਜੂਏਸ਼ਨ ਕੱਲ੍ਹ ਹੀ ਛੱਡੀ ਜਾਂਦਾ ਅਤੇ ਨਾਲ ਹੀ ਫਿਰ ਮੈਂ ਦੁਆਬਾ ਕਾਲਜ ਦੇ ਵਿੱਚ ਆਪਣੀ ਕੰਪਲੀਟ ਕੀਤੀ ਸਟੱਡੀ। ਚਲੋ ਵਧੀਆ ਆ, ਤੁਹਾਡਾ ਸਕੋਪ ਵੀ ਵਧੀਆ ਆ, ਸਟੱਡੀ ਵੀ ਵਧੀਆ ਆ ਅਤੇ ਮਤਲਬ ਇਸ ਤੋਂ ਇਲਾਵਾ ਮੈਨੂੰ ਮਿਊਜ਼ਿਕ ਦੇ ਵਿੱਚ ਵੀ ਤੁਸੀਂ ਕੋਈ ਕਲਾਸ ਅਟੈਂਡ ਕੀਤੀ ਸੀ, ਮੀਨਸ ਜਿੱਦਾਂ ਮਿਊਜ਼ਿਕ ਦੇ ਲੈਵਲ ਦੇ ਉੱਪਰ ਤੁਸੀਂ ਕੁਛ ਪੜ੍ਹੇ ਹੋ ਜਾਂ ਵੈਸੇ ਇੱਕ ਹੁਨਰ ਹੈ, ਕਲਾ ਹੈ? ਮਿਊਜ਼ਿਕ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗਾ ਵੈਸੇ ਤਾਂ, ਅਤੇ ਬਸ ਇਹ ਕਿ ਕੋਈ ਪਲੇਟਫਾਰਮ ਨਹੀਂ ਸੀ ਮਿਲ ਰਿਹਾ ਅਤੇ ਫਿਰ ਮੈਂ ਸਟੱਡੀ ਕੀਤੀ ਹੌਲੀ ਹੌਲੀ, ਮੇਰੇ ਫਰੈਂਡ ਸਰਕਲ ਦੇ ਵਿੱਚ ਵੀ ਇੱਦਾਂ ਦਾ ਮਾਹੌਲ ਹੋਣਾ ਸ਼ੁਰੂ ਹੋ ਗਿਆ। ਫਿਰ ਸਟੂਡੀਓ ਦੇ ਵਿੱਚ ਮੇਰੇ ਫਰੈਂਡ ਬਣੇ ਨਰਾਇਣ ਸ਼ਰਮਾ ਜੀ, ਜਿਨ੍ਹਾਂ ਦਾ ਮਿਊਜ਼ਿਕ ਮੈਨ ਆ, ਉਹਨਾਂ ਨੇ ਕਾਫੀ ਗਾਣਿਆਂ ਦੇ ਵਿੱਚ ਮੇਰੇ ਮਿਊਜ਼ਿਕ ਦਿੱਤਾ। ਹੁਣ ਵੀ ਰੀਸੈਂਟ ਮੇਰਾ ਹਾਈ ਸਟੈਂਡਰਡ ਸੌਂਗ ਆਇਆ ਅਤੇ ਉਹਦੇ ਵਿੱਚ ਵੀ ਮਿਊਜ਼ਿਕ ਦਿੱਤਾ ਉਹਨਾਂ ਨੇ ਔਰ ਮੇਰਾ ਫਸਟ ਸੌਂਗ ਜਿਹੜਾ ਕ੍ਰਸ਼ ਸੀਗਾ ਉਸਦੇ ਵਿੱਚ ਵੀ ਮੇਰੇ ਫਰੈਂਡ ਵਿਨੇ ਔਰ ਮੋਨੂ ਜੀ, ਉਹਨਾਂ ਦਾ ਬਹੁਤ ਅੱਛਾ ਸਾਥ ਰਿਹਾ ਹੈ ਅਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਮੈਨੂੰ ਉਸ ਐਲਬਮ ਨੂੰ ਰਿਲੀਜ਼ ਔਰ ਰਿਕਾਰਡਿੰਗ ਤੋਂ ਲੈ ਕੇ ਹਰ ਇੱਕ ਚੀਜ਼ ਤੱਕ ਉਹਨਾਂ ਨੇ ਮੇਰਾ ਸਾਥ ਦਿੱਤਾ। ਚਲੋ ਇਹ ਤਾਂ ਹੈਗੇ ਨੇ ਸਪੋਰਟਰਸ ਔਰ ਇਹ ਮਸਟ ਵੀ ਆ, ਜ਼ਰੂਰੀ ਆ, ਸਪੋਰਟਰਸ ਤਾਂ ਜ਼ਰੂਰ ਚਾਹੀਦੇ ਆ, ਲਿੰਕ ਐਂਡ ਸਪੋਰਟਰਸ, ਇਹਦੇ ਨਾਲ ਹੀ ਤਾਂ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਅਤੇ ਜਿਹੜੇ ਤੁਸੀਂ ਹੁਣੇ ਦੱਸਿਆ ਕਿ ਤੁਹਾਡਾ ਸੌਂਗ ਆਇਆ ਕ੍ਰਸ਼, ਉਹ ਵਾਕਈ ਬਹੁਤ ਵਧੀਆ ਸੌਂਗ ਰਿਹਾ ਆ, ਤੁਹਾਡੀ ਸਿੰਗਿੰਗ ਦੀ ਸ਼ੁਰੂਆਤ ਵੀ ਕ੍ਰਸ਼ ਸੌਂਗ ਤੋਂ ਹੀ ਹੋਈ ਹੈ ਐਂਡ ਚਾਹਵਾਂਗੇ ਕਿ ਦਰਸ਼ਕ ਵੀ ਦੇਖਣਾ ਚਾਹੂਗੇ ਤੁਹਾਡੇ ਸੌਂਗ ਦੀਆਂ ਚੰਦ ਲਾਈਨਾਂ ਜੇ ਤੁਸੀਂ ਪੇਸ਼ ਕਰ ਦਿਓ ਤੇ। ਜ਼ਰੂਰ ਜੀ। ਉਹ ਮੁੱਛ ਖੜੀ ਅੱਖ ਚੜੀ ਪੂਰੀ ਏਰੀਏ ਚ ਧੜੀ, ਦੇਖ ਕੁੜੀਆਂ ਦੇ ਮੂੰਹਾਂ ਵਿੱਚੋਂ ਆਉ ਨਿਕਲੇ, ਜਦੋਂ ਗੇੜੀ ਛੇੜੀ ਲਾਉਂਦੇ ਪੂਰੀ ਆਤਨੇ ਕਰਾਉਂਦੇ, ਲੌਂਗ ਡਰਾਈਵ ਉੱਤੇ ਲੈ ਕੇ ਸਾਨੂੰ ਜਾਓ ਨਿਕਲੇ, ਹੱਥੀ ਲੈ ਕੇ ਰੈਡ ਰੋਜ਼ ਕਰਦੀਆਂ ਪ੍ਰਪੋਜ਼ ਐਂਡ ਮੂੰਹਾਂ ਵਿੱਚੋਂ ਨਿਕਲਦੀ ਨੋਹੀਏ, ਬੰਬ ਬੰਬ ਨੱਡੀਆਂ ਦਾ ਬਣ ਜਿੱਕ ਰਸ਼ ਯਾਰੋ ਚੱਕਵੇ ਜੇ ਮੁੰਡੇ ਸਾਰੇ ਓਹੀਏ, ਬੰਬ ਬੰਬ ਨੱਡੀਆਂ ਦਾ ਬਣ ਜਿੱਕ ਰਸ਼ ਯਾਰੋ ਚੱਕਵੇ ਜੇ ਮੁੰਡੇ ਸਾਰੇ ਓਹੀਏ। ਬਹੁਤ ਵਧੀਆ ਆਵਾਜ਼ ਹੈ, ਬਹੁਤ ਵਧੀਆ ਸੌਂਗ ਹੈ, ਇਹ ਤਾਂ ਬਹੁਤ ਵਧੀਆ ਸੌਂਗ ਹੈ ਕ੍ਰਸ਼, ਜਿਹਦੇ ਨਾਲ ਤੁਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਤੁਹਾਡੇ ਕਿਹੜੇ ਕਿਹੜੇ ਟਰੈਕਸ ਜਿਹੜੇ ਮਾਰਕੀਟ ਵਿੱਚ ਆ ਗਏ ਨੇ? ਮੇਰਾ ਇੱਕ ਭਗਤ ਸਿੰਘ ਜੀ ਤੇ ਸੌਂਗ ਆਇਆ ਸੀ ਮੇਰਾ ਤੇਰੀ ਕੁਰਬਾਨੀ, ਬਹੁਤ ਹੀ ਅੱਛਾ ਰਿਸਪੋਂਸ ਰਿਹਾ ਆਪਣਾ, ਉਹ ਕਿਤੇ ਅਮਰ ਆਡੀਓ ਦੇ ਵਿੱਚ ਰਿਲੀਜ਼ ਹੋਇਆ ਸੀ ਅਮਰ ਰੈਕਰਡਸ ਦੇ ਵਿੱਚ। ਅਤੇ ਮੇਰਾ ਸੈਕਿੰਡ ਥਰਡ ਸੌਂਗ ਆਇਆ ਫਿਰ ਮੇਰਾ ਡੂ ਐਂਡ ਆਈ ਜੋ ਜਸ ਰੈਕਰਡ 'ਚ ਰਿਕਾਰਡਸ ਦੇ ਵਿੱਚ ਆਪਣਾ ਆਇਆ ਅਤੇ ਜਿਸ ਦੀ ਸ਼ੂਟਿੰਗ ਅਸੀਂ ਮਲੇਸ਼ੀਆ ਦੇ ਵਿੱਚ ਕੀਤੀ ਸੀ ਅਤੇ ਕ੍ਰਸ਼ ਦਾ ਸ਼ੂਟ ਜੋ ਸੀ ਆਪਣਾ ਉਹ ਦੁਬਈ ਦੇ ਵਿੱਚ ਹੋਇਆ ਸੀ ਫਸਟ ਸੌਂਗ ਦਾ, ਕਾਫੀ ਅੱਛਾ ਰਿਸਪੋਂਸ ਜਿਸ ਦਾ ਰਿਹਾ। ਚਲੋ ਇੰਡੀਆ ਤੋਂ ਬਾਹਰ ਦੇ ਟੂਰਸ ਤੁਸੀਂ ਲਗਾ ਕੇ ਆਪਣੀ ਮਤਲਬ ਆਪਣੇ ਪੰਜਾਬ ਦਾ ਜਿਹੜਾ ਹੈਗਾ ਕਲਚਰ ਤੁਸੀਂ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਜਾ ਕੇ ਵੀ ਮਤਲਬ ਮਸਤ ਰੱਖਿਆ, ਵਧੀਆ ਰੱਖਿਆ ਹੋਇਆ ਆ ਅਤੇ ਬਹੁਤ ਵਧੀਆ ਲੱਗਾ ਸੁਣ ਕੇ ਕਿ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਇੰਡੀਆ ਤੋਂ ਬਾਹਰ ਜਾ ਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਉੱਥੇ ਬਣਾਇਆ ਹੋਇਆ ਆ। ਅਤੇ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਆ ਸੌਂਗਸ ਗਾਉਂਦੇ ਹੋ, ਗਾਣੇ ਗਾਉਂਦੇ ਹੋ, ਤਾਂ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਹੈ? ਲਿਖਣ ਦਾ ਥੋੜ੍ਹਾ ਬਹੁਤ ਤਾਂ ਹੈਗਾ ਲੇਕਿਨ ਕੁਛ ਅੱਛੀਆਂ ਲਾਈਨਾਂ ਕਿਸੇ ਵੇਲੇ ਮਿਲਦੀਆਂ ਬੰਦਾ ਲਿਖ ਲੈਂਦਾ, ਮੈਕਸੀਮਮ ਤਾਂ ਰਾਈਟਰਸ ਤੋਂ ਹੀ ਲਈਦਾ ਕਿਉਂਕਿ ਬਹੁਤ ਅੱਛੇ ਰਾਈਟਰਸ ਨੇ, ਨਵੇਂ ਵੀ ਆ ਰਹੇ ਨੇ, ਵਧੀਆ ਸੌਂਗ ਮਿਲ ਜਾਂਦੇ ਆ, ਜਿਹੜਾ ਅੱਛਾ ਲੱਗਦਾ ਆਪਾਂ ਗਾ ਦੀਦਾ ਅਤੇ ਕਾਫੀ ਅੱਛਾ ਰਿਸਪੋਂਸ ਆ।
ਇਨਸਪੀਰੇਸ਼ਨ ਕੌਣ ਹੈ ਤੁਹਾਡੇ, ਕਿਸ ਤੋਂ ਇਨਸਪਾਇਰ ਹੋ ਕੇ ਤੁਸੀਂ ਇਹ ਮਤਲਬ ਮਿਊਜ਼ਿਕ ਲਾਈਨ ਵਿੱਚ ਪਏ ਹੋ? ਇੰਸਪੀਰੇਸ਼ਨ ਤਾਂ ਬਹੁਤ ਆ, ਸਾਡੇ ਬਹੁਤ ਵੱਡੇ ਵੱਡੇ ਸਿੰਗਰ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ, ਮਾਨਕ ਸਾਹਿਬ ਜੀ ਨੂੰ ਸੁਣਦੇ ਆ ਰਹੇ ਹਾਂ, ਬੱਬੂ ਮਾਨ ਜੀ ਨੂੰ ਸੁਣਦੇ ਆ ਰਹੇ ਹਾਂ, ਅਤੇ ਹੋਰ ਵੀ ਕਈ ਕਲਾਕਾਰ ਨੇ, ਜੈਜ਼ੀ ਵੀ ਭਾਈ ਦੇ ਬਹੁਤ ਗਾਣੇ ਮੈਂ ਸੁਣਦਾ ਰਿਹਾ ਸ਼ੁਰੂ ਤੋਂ ਹੀ, ਅਤੇ ਬਹੁਤ ਅੱਛਾ ਲੱਗਦਾ ਮੈਨੂੰ ਉਹਨਾਂ ਦਾ ਗਾਣਾ ਸੁਣਨਾ। ਕਿਹਨਾਂ ਤੋਂ ਸਿੱਖਿਆ, ਕਿਹਨਾਂ ਤੋਂ ਹੈ ਤੁਸੀਂ ਇਹ ਮਿਊਜ਼ਿਕ ਲਾਈਨ? ਮਤਲਬ ਇੱਕ ਹੁੰਦਾ ਨਾ ਕਿ ਜਦੋਂ ਤੁਸੀਂ ਕਿਸੇ ਵੀ ਲਾਈਨ ਨੂੰ ਤੁਸੀਂ ਚੂਜ਼ ਕਰਦੇ ਆ ਤਾਂ ਉਹਦੇ ਉੱਪਰ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਆ, ਅਤੇ ਤੁਹਾਡਾ ਕਿਹਨੇ ਤੁਹਾਡਾ ਇੰਨਾ ਸਾਥ ਦਿੱਤਾ, ਜਾਂ ਤੁਸੀਂ ਕਿਹਨੂੰ ਗੁਰੂ ਮੰਨਿਆ, ਉਸਤਾਦ ਜੀ ਕੋਈ ਉਹਨਾਂ ਬਾਰੇ? ਵੈਸੇ ਤਾਂ ਉਸਤਾਦ ਜੀ ਸਾਰੇ ਹੁੰਦੇ, ਜਿਹਨੂੰ ਆਪਾਂ ਸੁਣਦੇ ਉਹੀ ਉਸਤਾਦ ਜੀ ਹੁੰਦੇ ਨੇ। ਜਿਵੇਂ ਜੈਜ਼ੀ ਵੀ ਭਾਅ ਜੀ ਨੂੰ ਬਹੁਤ ਸੁਣਦਾ ਸੀਗਾ ਮੈਂ, ਬੱਬੂ ਮਾਨ ਭਾਅ ਜੀ ਨੂੰ ਬਹੁਤ ਸੁਣਿਆ, ਅਤੇ ਉਹੀ ਉਸਤਾਦ ਜੀ ਆ ਵੈਸੇ ਤਾਂ। ਔਰ ਹੁਣ ਰੀਸੈਂਟ ਉਸਤਾਦ ਜੀ ਨੇ ਸਾਡੇ ਅਜੇ ਕੁਮਾਰ ਜੀ, ਉਹਨਾਂ ਦੇ ਕੋਲ ਅਸੀਂ ਲੈਣ ਜਾਈਦੀ ਸ਼ਿਕਸ਼ਾ ਆਪਣੀ ਇਸ ਲਾਈਨ ਦੀ, ਅਤੇ ਬਹੁਤ ਅੱਛੀ ਆ, ਅੱਛੇ ਸਟੱਡੀ ਕਰਾਉਂਦੇ ਨੇ ਉਹ, ਮਿਊਜ਼ਿਕ ਮਿਨੀ ਅਕੈਡਮੀ ਆ ਉਹਨਾਂ ਦੀ। ਉਹ ਕਿੱਥੇ, ਜਲੰਧਰ ਤੋਂ ਹੀ? ਹਾਂਜੀ, ਜਲੰਧਰ 'ਚ ਹੀ ਨੇ, ਨਕੋਦਰ ਚੌਂਕ ਦੇ ਕੋਲ ਉਹਨਾਂ ਨੇ। ਨੈਕਸਟ ਫਿਊਚਰ ਦੀ ਕੀ ਪਲੈਨਿੰਗ ਹੈ? ਮੀਨਸ ਕਿ ਤੁਸੀਂ ਸੌਂਗਸ ਕਾਫੀ ਦੇ ਟਰੈਕ ਵਗੈਰਾ ਤੁਹਾਡੇ ਕੋਈ ਰਿਕਾਰਡਡ, ਆਉਣ ਵਾਲਾ ਸੌਂਗ, ਉਹਦੇ ਬਾਰੇ ਦਰਸ਼ਕ ਜਾਣਨਾ ਚਾਹੁੰਦੇ? ਮੇਰਾ ਸੌਂਗ ਕਾਫੀ ਆ ਰਹੇ ਨੇ ਹੁਣ ਬੈਕ ਟੂ ਬੈਕ, ਤੁਹਾਨੂੰ ਬਹੁਤ ਅੱਛੇ ਸਰਪ੍ਰਾਈਜ਼ ਵੀ ਦੇਵਾਂਗੇ, ਡਿਊਟ ਵੀ ਸੌਂਗ ਕਰ ਦੇਵਾਂਗੇ ਤੁਹਾਨੂੰ। ਔਰ ਮੇਰਾ ਨਖਰਾ ਸੌਂਗ ਆ ਰਿਹਾ, ਬਹੁਤ ਹੀ ਜਲਦ ਤੁਹਾਡੇ ਰੂਬਰੂ ਕਰਾਵਾਂਗੇ ਉਸਨੂੰ, ਅਤੇ ਸੰਜੇ ਦੱਤ ਜੀ 'ਤੇ ਸੌਂਗ ਆ ਰਿਹਾ ਵਾ, ਉਹ ਵੀ ਤੁਹਾਨੂੰ ਰੂਬਰੂ ਕਰਾਵਾਂਗੇ। ਕਾਫੀ ਮੈਂ ਪਸੰਦ ਕਰਦਾ ਉਹਨਾਂ ਨੂੰ, ਅਤੇ ਮੈਂ ਚਾਹੁੰਦਾ ਸੀ ਕਿ ਉਹਨਾਂ 'ਤੇ ਵੀ ਇੱਕ ਅੱਧਾ ਗੀਤ ਕੱਢਿਆ ਜਾਵੇ, ਅਤੇ ਸੰਜੇ ਦੱਤ ਜੀ 'ਤੇ ਵੀ ਮੈਂ ਸੌਂਗ ਤੁਹਾਨੂੰ ਰੂਬਰੂ ਕਰਾਵਾਂਗਾ, ਬਹੁਤ ਹੀ ਜਲਦ ਸਰਪ੍ਰਾਈਜ਼ ਆਏ ਵੀ ਤੁਹਾਡੇ ਵਾਸਤੇ। ਔਰ ਚਲੋ, ਇਹ ਤਾਂ ਅਸੀਂ ਜਿਹੜਾ ਤੁਸੀਂ ਦੱਸਿਆ ਕਿ ਪੰਜਾਬ ਸੌਂਗ ਤਾਂ ਚਲੋ ਪੰਜਾਬੀ ਹੈ, ਜਿਹੜਾ ਤੁਹਾਡੇ ਬਾਹਰ ਦੇ ਟ੍ਰਿਪ ਰਹੇ ਨੇ, ਬਾਹਰ ਜਾ ਕੇ ਤੁਸੀਂ ਸੌਂਗ ਕੀਤੇ, ਤੁਹਾਨੂੰ ਉੱਥੇ ਦੇ ਮਾਹੌਲ ਦਾ ਕਿੱਦਾਂ ਦਾ ਲੱਗਾ ਕਿ ਉੱਥੇ ਮਤਲਬ ਇੱਕ ਅਲੱਗ ਭਾਸ਼ਾ, ਅਲੱਗ ਲੈਂਗੁਏਜ, ਅਲੱਗ ਕੰਟਰੀ ਦੇ ਵਿੱਚ ਜਾ ਕੇ ਪੰਜਾਬੀ ਆਪਣੀ ਜਿਹੜੀ ਮਾਂ ਬੋਲੀ ਹੈ ਤੁਸੀਂ ਉੱਥੇ ਜਾ ਕੇ ਉਸ ਚੀਜ਼ ਨੂੰ ਗਾਣਾ ਕੀਤਾ, ਉੱਥੇ ਜਾ ਕੇ ਸ਼ੂਟਿੰਗ ਕੀਤੀ ਹੈ ਜਿੱਦਾਂ ਵੀ, ਅਤੇ ਉੱਥੇ ਤੁਹਾਨੂੰ ਕਿੱਦਾਂ ਦਾ ਲੱਗਾ, ਕਿੱਦਾਂ ਦਾ ਫੀਲ ਹੋ ਰਿਹਾ ਸੀਗਾ? ਬਹੁਤ ਅੱਛਾ ਐਕਸਪੀਰੀਅੰਸ ਰਹਿੰਦਾ ਜਦੋਂ ਬੰਦਾ ਬਾਹਰ ਜਾਂਦਾ, ਕੁਛ ਡਿਫਰੈਂਟ ਵੀ ਹੁੰਦਾ ਅਤੇ ਕੁਛ ਅਨਫੋਰਚੁਨੇਟਲੀ ਘਟਨਾਵਾਂ ਵੀ ਹੋ ਜਾਂਦੀਆਂ ਬੰਦੇ ਦੀਆਂ। ਅਤੇ ਜਿਵੇਂ ਮੈਂ ਹੈਗਾ ਵੈਜੀਟੇਰੀਅਨ ਬੰਦਾ, ਹੈ ਨਾ ਕਦੇ ਡਰਿੰਕ ਕਰੀ ਦੀ ਆਪਾਂ, ਅਤੇ ਉੱਥੇ ਜਿੱਦਾਂ ਫੂਡ ਵਗੈਰਾ ਦੀ ਬਹੁਤ ਦਿੱਕਤ ਆਉਂਦੀ। ਜਿਵੇਂ ਹੁਣ ਰੀਸੈਂਟ ਦੇ ਵਿੱਚ ਮੇਰਾ ਹਾਈ ਸਟੈਂਡਰਡ ਸੌਂਗ ਆਇਆ, ਸਿੰਗਾਪੁਰ ਗਏ ਸੀ, ਮਲੇਸ਼ੀਆ ਗਏ, ਉੱਥੇ ਫੂਡ ਦੀ ਬੜੀ ਦਿੱਕਤ ਆਈ। ਫੂਡ ਮਤਲਬ ਕਿ ਉੱਥੇ ਹਮੇਸ਼ਾ ਨੋਨ ਵੈਜ ਹੀ ਮਿਲਦਾ, ਅਤੇ ਕਾਫੀ ਸਰਚ ਮਾਰਨੀ ਪਹਿਲਾਂ ਕਦੀ ਨੈੱਟ 'ਤੇ ਦੇਖਣਾ ਕਿਤੇ ਪੰਜਾਬੀ ਫੂਡ ਕਿੱਥੇ ਮਿਲਦਾ ਆ, ਫਰੂਟ ਵਗੈਰਾ ਖਾ ਕੇ ਉੱਥੇ ਆਪਣਾ ਦੇਖਣਾ। ਫੂਡ ਬਿਲਕੁਲ ਬਿਲਕੁਲ ਮਿਲਿਆ ਜੀ, ਜੋ ਮਿਲਿਆ ਖਾਧਾ, ਲੇਕਿਨ ਨੋਨ ਵੈਜ ਨਹੀਂ ਖਾਧਾ। ਅਤੇ ਕੁਛ ਇੱਦਾਂ ਦੇ ਇੰਸੀਡੈਂਟ ਵੀ ਹੋਏ ਕਿ ਉਹ ਕੋਮੇਡੀ ਵਿੱਚ ਬਦਲ ਜਾਂਦੇ ਜਿਹੜੇ ਇੰਸੀਡੈਂਟ ਹੁੰਦੇ ਆ, ਬੰਦਾ ਦੇਖਦਾ ਯਾਰ ਬਣਦਾ ਪਿਆ ਫੂਡ, ਹੈ ਨਾ, ਬਾਅਦ ਦੇਖਿਆ ਨੂਣ ਵਿੱਚ ਵੀ ਉੱਥੇ ਬਣੀ ਜਾਂਦਾ, ਫਿਰ ਬੰਦਾ ਕਹਿੰਦਾ ਯਾਰ ਮੈਂ ਨਹੀਂ ਖਾਣਾ ਇਹ। ਇੱਦਾਂ ਦੇ ਇੰਸੀਡੈਂਟ ਹੋਏ ਕਾਫੀ, ਮਤਲਬ ਕਿ ਉਸ ਵੇਲੇ ਬੰਦਾ ਕਹਿੰਦਾ ਕਿ ਆਪਣੇ ਆਪ ਨੂੰ ਦੇਖਦਾ ਯਾਰ ਨਹੀਂ ਖਾਣਾ, ਹੈ ਨਾ, ਬਾਅਦ 'ਚ ਉਹ ਚੀਜ਼ ਦੇਖਦਾ ਕਿ ਪਹਿਲਾਂ ਖਾ ਲਿਆ, ਬਾਅਦ 'ਚ ਵੀ ਕਹਿੰਦਾ ਨਹੀਂ। ਕਾਫੀ ਕੋਮੇਡੀ ਵੀ ਹੋ ਜਾਂਦੀ ਨਾ, ਕਾਫੀ ਆਪਣੇ ਨਾਲ ਬਿਲਕੁਲ ਨਾਲ ਕਰੂ ਵਾਲੇ ਜਿੰਨੇ ਵੀ ਜਾਂਦੇ ਨਾਲ ਮੁੰਡੇ, ਹੈ ਨਾ, ਜਿੱਦਾਂ ਮਿਊਜ਼ਿਕ ਡਾਇਰੈਕਟਰ ਵੀ ਸਾਡੇ ਨਾਲ ਜਾਂਦੇ ਨੇ, ਕੈਮਰਾਮੈਨ ਹੁੰਦੇ ਆ, ਆਰਟਿਸਟ ਹੁੰਦੇ ਨੇ, ਮਾਡਲਸ ਹੁੰਦੀਆਂ ਨੇ, ਕਾਫੀ ਅੱਛਾ ਫਿਰ ਉਦੋਂ ਹਾਸਾ ਜਿਹਾ ਵੀ ਹੁੰਦਾ, ਪਰ ਬੰਦੇ ਨੂੰ ਜਦੋਂ ਫੂਡ ਨਹੀਂ ਮਿਲਦਾ ਉਹਦੇ ਉੱਤੇ ਵੀ ਜੋ ਬੀਤਦੀ ਬੰਦਾ ਖੁਦ ਹੀ ਜਾ ਸਕਦਾ, ਹੈ ਨਾ, ਪਰ ਲੇਕਿਨ ਆਲਮੋਸਟ ਕਾਫੀ ਅੱਛਾ ਰਿਹਾ ਐਕਸਪੀਰੀਅੰਸ, ਨਾ ਗੁੱਡ ਹੈ। ਰੁਕਾਵਟ ਆ ਰਹੀ ਆ ਤੁਹਾਡੇ ਕਰੀਅਰ ਦੇ ਵਿੱਚ ਕੋਈ ਕੁਛ ਏਦਾਂ ਦਾ, ਜਾਂ ਕਿਸੇ ਦੀ ਜਿੱਦਾਂ ਭਾਨੀ ਮਾਰਨ ਦੀ ਆਦਤ ਹੁੰਦੀ ਕਈਆਂ ਦੀ, ਕਿਸੇ ਨੇ ਰੋਕ ਟੋਕ ਕੀਤੀ ਹੋਵੇ, ਜਾਂ ਕੁਛ ਫੈਮਿਲੀ ਸਪੋਰਟ ਵਗੈਰਾ ਵਧੀਆ ਰਹੀ ਹੈ? ਫੈਮਿਲੀ ਵੱਲੋਂ ਤਾਂ ਵੈਸੇ ਕੋਈ ਰੁਕਾਵਟ ਨਹੀਂ ਆਈ, ਹੈ ਨਾ, ਮੰਮੀ ਨੂੰ ਵੀ ਪਤਾ ਹੀ, ਮੈਂ ਫਸਟ ਟਾਈਮ ਜਦੋਂ ਹਾਰਮੋਨੀਅਮ ਘਰ ਲੈ ਕੇ ਗਿਆ, ਘਰ ਦੇ ਕਹਿੰਦੇ ਕਹਿੰਦੇ ਇਹ ਕਿਹੜੇ ਚੱਕਰ ਜੇ ਪੈਣ ਲੱਗਾ ਹੁਣ, ਤੂੰ ਕੀ ਕਰਨ ਲੱਗ ਗਿਆ ਇੱਦਾਂ ਦਾ, ਅਤੇ ਫਿਰ ਮੈਂ ਕਿਹਾ ਚੱਲ ਯਾਰ, ਮੈਂ ਕਿਹਾ ਮਾਤਾ ਮੈਂ ਵੀ ਬੱਬੂ ਮਾਨ ਬੰਦਾ ਹੋਣਾ, ਕਹਿੰਦੀ ਕਹਿੰਦੀ ਅੱਛਾ ਚਲੋ, ਹੁਣ ਨਾਮ ਹੀ ਅਸੀਂ ਉਸ ਸ਼ਖਸ ਦਾ ਲੈ ਤਾ, ਅਤੇ ਜਿਹੜੇ ਬੰਦੇ ਬਹੁਤ ਵਧੀਆ ਨੇ ਉੱਤੋਂ ਸਾਡੀ ਕੈਟੇਗਰੀ ਦੇ ਨੇ, ਅਤੇ ਮਾਤਾ ਵੀ ਪਸੰਦ ਹੀ ਕਰਦੀ ਸੀ ਉਹਨਾਂ ਨੂੰ, ਹੈ ਨਾ, ਕਹਿੰਦੇ ਚਲੋ ਠੀਕ ਹੈ, ਕਹਿੰਦੇ ਕਰ ਲਾ ਤੂੰ ਭਰਾ ਆਪਣਾ ਰਾਂਝਾ ਰਾਜੀ ਕਰ ਲਾ,
ਬਿਲਕੁਲ ਬਿਲਕੁਲ जो 26 तरीक नू ही रिलीज होया ते उस दिया मैं ताडे अगे दो लाइना कर दे हाई स्टैंडर्ड तेरा नखरा नी सब कुड़िया दे नालो वखरा नी तेरी ब्यूटीफुल लुक दा मैं हो गया हाँ फैन तेनू अपनी बनाउणा ही कर दा प्लैन तू लगे सेलिब्रिटी सोनी है सारे मुंडिया दी तेरे उत्ते अख नी तू लगे सेलिब्रिटी सोनी है तेरी हाई हील करे टक टक नी तू लगे सेलिब्रिटी सोनी है बहुत वधिया लाइन्स है बहुत वधिया सॉन्ग है तुसी सानू साडे दर्शकां नू जे कोई मैसेज देना चाहते हो मतलब जो अजकल दा माहौल चल रहा सॉन्ग रिलेटेड हो गया म्यूजिक रिलेटेड हो गया जिदा पुराने समय दे सॉन्ग सुनदे सी ते हुण समय अजकल दे जिहड़े जमाने दे सॉन्ग्स हैगे आ उहनां बारे साडे दर्शकां नाल थोड़े विचार सांझे करो आर्टिस्ट वास्ते मैं यही मैसेज दवांगा कि जिवें कई कलाकार आ कई स्टूडियो वाले ने कई स्टूडियो वाले आर्टिस्ट नू कदे भी हमेशा गलत गाइड ना करन है ना ये ना समझन कि साढ़े को गाहक आया ये देखो कि उसकी फीलिंग भी टच कर दी है इस लाइन दे विच सब तो वड्डी हुंदी फीलिंग उसनू कदे ना हर्ट करो किसी की तो कह देंगे कि इन्नी पेमेंट लगनी आ होना पहले सुपने दिखा देने सब कुछ लैन तो बाद ही उन्हें देना जीरो इदा मेरे नाल भी हो चुका तो साढ़े इतने हूँ एच एस बिरला जी ने वो इन्ना सपोर्ट करते हैं इतने है ना ਆਪਾਂ ਉਹਨਾਂ ਦੇ ਸਟੂਡੀਓ ਦੇ ਵਿੱਚ ਹੀ ਬੈਠੇ ਹਾਂ ਤੇ ਇੰਨੀ ਸਪੋਰਟ ਆ ਮੈਂ ਕਿਹਾ ਕੋਈ ਹੱਥ ਵੀ ਮਿਲਾਵੇ ਨਾ ਆਣ ਕੇ ਉਹ ਵੀ ਆਰਟਿਸਟ ਆ ਉਹਨਾਂ ਲਈ ਬਿਲਕੁਲ ਬਿਲਕੁਲ ਬਿੱਲਾ ਐਚਐਸ ਬਿੱਲਾ ਜੀ ਦਾ ਤਾਂ ਬਹੁਤ ਵਧੀਆ ਸਪੋਰਟ ਰਿਹਾ ਆ ਹਰੇਕ ਸਿੰਗਰ ਨੂੰ ਤੇ ਆਪਾਂ ਹੋਰ ਵੀ ਕਿਤੇ ਸਟੂਡੀਓਜ਼ 'ਚ ਕਾਫੀ ਗਿਆ ਮੈਂ ਜੋ ਰਿਸਪੌਂਸ ਇੱਥੇ ਅੱਛਾ ਮਿਲਦਾ ਆ ਜਾਂ ਮਿਲਿਆ ਆ ਮੈਂ ਕਦੀ ਮੌਕਾ ਤਾਂ ਨਹੀਂ ਮਿਲਿਆ ਮੈਨੂੰ ਇਹਨਾਂ ਦੇ ਨਾਲ ਕੰਮ ਕਰਨ ਦਾ ਲੇਕਿਨ ਹਾਂ ਫਿਊਚਰ ਲਾਈਨ ਦੇ ਵਿੱਚ ਜ਼ਰੂਰ ਮੈਂ ਸੋਚਾਂਗਾ ਕਿ ਇੱਥੇ ਕਰਾਂਗਾ ਜ਼ਰੂਰ ਅਤੇ ਅੱਜ ਜੋ ਮੌਕਾ ਮਿਲਿਆ ਮੈਨੂੰ ਇਹਨਾਂ ਦੀਆਂ ਮਿੱਠੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਸਤੇ ਅਤੇ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਅਤੇ ਖੁਸ਼ਨਸੀਬ ਸਮਝਦਾ ਹਾਂ ਕਿ ਐਚ ਐਸ ਬਿੱਲਾ ਜੀ ਨੇ ਜੋ ਮੌਕਾ ਦਿੱਤਾ ਸਾਨੂੰ ਇੱਥੇ ਬਿਲਕੁਲ ਕਿਉਂਕਿ ਹਰੇਕ ਸਿੰਗਰ ਦਾ ਡ੍ਰੀਮ ਹੈ ਕਿ ਜੇ ਉਹ ਇਸ ਲਾਈਨ ਵਿੱਚ ਆਇਆ ਹੈ ਤੇ ਉਹ ਕੋਈ ਮੁਕਾਮ ਹਾਸਿਲ ਕਰੇ ਔਰ ਨੋਰਮਲ ਜਿਹੜੇ ਅੱਜ ਕੱਲ ਹੈ ਚਾਹੁੰਦੇ ਨੇ ਕਿ ਸਾਨੂੰ ਕੋਈ ਮੁਕਾਮ ਮਿਲੇ ਔਰ ਐਚ ਐਸ ਬਿੱਲਾ ਸਟੂਡੀਓ ਦੇ ਵਿੱਚ ਆਉਂਦੇ ਆ ਜ਼ਰੂਰ ਤੇ ਉਹਨਾਂ ਨੂੰ ਇੱਕ ਵੇ ਮਿਲਦਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਇਸ ਔਰ ਤੁਸੀਂ ਵੀ ਇੱਥੇ ਆਏ ਹੋ ਤੁਹਾਨੂੰ ਵੀ ਪਤਾ ਲੱਗ ਗਿਆ ਹੈ ਕਿ ਮਤਲਬ ਕਿਉਂਕਿ ਤੁਸੀਂ ਇੱਕ ਪਾਸੇ ਠੋਕਰ ਖਾ ਕੇ ਇੱਥੇ ਆਏ ਤੁਹਾਨੂੰ ਪਤਾ ਇਸ ਚੀਜ਼ ਨਾਲ ਤੁਸੀਂ ਜ਼ਿਆਦਾ ਵਾਕਿਫ ਹੋ ਕਿ ਵਾਕਈ ਕਿ ਦੁਨੀਆ ਦੇ ਵਿੱਚ ਬਹੁਤ ਕੁਛ ਚੱਲ ਰਿਹਾ ਫੇਕ ਵੀ ਹੈ ਓਰਿਜਿਨਲ ਵੀ ਹੈ ਬਟ ਇਹਦੀ ਪਰਖ ਜਿਹੜੀ ਆ ਉਹ ਬਹੁਤ ਜ਼ਿਆਦਾ ਔਖੀ ਆ ਤੇ ਚਲੋ ਐਚ ਐਸ ਬਿੱਲਾ ਸਟੂਡੀਓ ਦੇ ਵਿੱਚ ਤਾਂ ਹਰੇਕ ਬੰਦੇ ਨੇ ਬਹੁਤ ਵਧੀਆ ਵਧੀਆ ਮੁਕਾਮ ਮਿਲੇ ਨੇ ਵੇ ਮਿਲੇ ਨੇ ਮੰਜ਼ਿਲ ਤੱਕ ਪਹੁੰਚਣ ਦੇ ਐਂਡ ਇਸ ਤੋਂ ਇਲਾਵਾ ਸਾਡੇ ਦਰਸ਼ਕਾਂ ਨਾਲ ਵਿਚਾਰ ਕੋਈ ਸਾਂਝਾ ਕਰੋ ਲਾਈਕ ਇਸ ਦਾ ਪੰਜਾਬੀ ਕਲਚਰ ਨਾਲ ਰਿਲੇਟਿਡ ਕੁਛ ਪੰਜਾਬੀ ਕਲਚਰ ਤਾਂ ਆਪਣਾ ਬਹੁਤ ਵਧੀਆ ਕਲਚਰ ਹੈ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਨਜ਼ਰੀਆ ਬੰਦੇ ਦਾ ਅੱਛਾ ਹੋਣਾ ਚਾਹੀਦਾ ਕੋਈ ਜੀਨ ਵੀ ਪਾਉਂਦਾ ਅਤੇ ਕੋਈ ਕੁੜਤਾ ਪਜਾਮਾ ਵੀ ਪਾਉਂਦਾ ਅਤੇ ਕੋਈ ਸੂਟ ਵੀ ਪਾਉਂਦਾ ਅਤੇ ਕੋਈ ਵੈਸਟਰਨ ਵੀ ਪਾਉਂਦਾ ਹਰ ਕਿਸੇ ਸਟੇਟ ਦਾ ਆਪਣਾ ਆਪਣਾ ਕਲਚਰ ਆ ਮੈਂ ਇਹ ਕਹਿੰਦਾ ਕਿ ਆਪਣੇ ਜੇ ਪੰਜਾਬ ਦੇ ਵਿੱਚ ਰਹਿੰਦੇ ਆਪਾਂ ਪੰਜਾਬੀ ਹੀ ਬੋਲੀਏ ਹਿੰਦੀ ਨੂੰ ਵੀ ਮਾਨਤਾ ਦਈਏ ਲੇਕਿਨ ਅਗਲਾ ਅਗਰ ਕੋਈ ਬੰਦਾ ਆਪਾਂ ਜੇ ਹਿੰਦੀ ਵਾਲੇ ਲਈ ਹਿੰਦੀ ਬੋਲ ਕੇ ਆਪਾਂ ਉਸਨੂੰ ਇੰਟਰਟੇਨ ਕਰ ਸਕਦੇ ਹਾਂ ਉਹ ਸਾਡੇ ਨਾਲ ਪੰਜਾਬੀ ਨਹੀਂ ਬੋਲ ਸਕਦਾ ਕਿਤੇ ਬਿਲਕੁਲ ਹੈ ਕਿ ਨਹੀਂ ਅਤੇ ਕਿਸੇ ਵੇਲੇ ਕਹਿੰਦੇ ਪੰਜਾਬੀ ਨੂੰ ਦੇਖ ਕੇ ਮੂੰਹ ਮਾਂ ਚੜਾਉਣ ਲੱਗ ਜਾਂਦੇ ਨਾ ਉਹ ਮੈਨੂੰ ਬਿਲਕੁਲ ਨਹੀਂ ਸਹੀ ਲੱਗਦੀ ਕਿਉਂਕਿ ਪੰਜਾਬੀ ਇੰਟਰਨੈਸ਼ਨਲ ਆਪਣੀ ਭਾਸ਼ਾ ਹੋ ਗਈ ਹੈ ਕੈਨੇਡਾ 'ਚ ਨੰਬਰ 1 'ਤੇ ਇਸਨੂੰ ਚੁਣਿਆ ਗਿਆ ਸੈਕਿੰਡ ਲੈਂਗੁਏਜ ਉੱਥੇ ਇਹ ਹੋ ਗਈ ਆ ਅਤੇ ਆਪਾਂ ਉਸਨੂੰ ਕਹਿੰਦੇ ਹਾਂ ਕਿ ਹਿੰਦੀ 'ਚ ਆਪਾਂ ਗੱਲ ਕਰਦੇ ਅੰਗਰੇਜ਼ੀ 'ਚ ਗੱਲ ਕਰਦੇ ਹਰ ਇੱਕ ਭਾਸ਼ਾ ਵਧੀਆ ਹਰ ਇੱਕ ਬੰਦੇ ਨੂੰ ਬੋਲਣੀ ਚਾਹੀਦੀ ਆ ਲੇਕਿਨ ਜੇ ਆਪਾਂ ਪੰਜਾਬ 'ਚ ਰਹਿੰਦੇ ਜੇ ਆਪਾਂ ਆਪਣੀ ਬੋਲੀ ਨੂੰ ਨਹੀਂ ਪ੍ਰਮੋਟ ਕਰ ਸਕਦੇ ਤਾਂ ਫਿਰ ਆਪਣਾ ਕੀ ਫਾਇਦਾ ਹਾਂਜੀ ਬਿਲਕੁਲ
मैं बहुत अच्छा लगा। हर एक चीज बंद साझी करवाने तो करते हो तो मैं बहुत बंदा फैमिली वाला लगा माहौल इतने त कि इतने लगा नहीं कि आप इंटरव्यू देन लिया या सानू किसी ने इनवाइट किया कि आप इदा जाना उदा जाना सिंपल जी बन के गड्डी निकलने आ गए दर्शक को तो कोई ऐसा नहीं लगा कि आप कि बगानी जगह आए हैं कितने है ना बहुत वधिया मतलब एक्सपीरियंस रहा इतने मिठिया गलों के। इस अलावा दर्शकों कुछ राय परामर्श सलाह कुछ देना चाहो? मैं सिर्फ एक गल कहना चाहना कि अपने माँ प्यो की हमेशा इज्जत करो चाहे वह कैसे भी आ चाहे तुहानू गुस्सा करते हैं चाहे तुहाडे नाल बहुत ज़्यादा प्यार करते हैं जे तुहाडे नाल प्यार भी नहीं करते लेकिन उन्हां दी रिस्पैक्ट हमेशा करो जेकर वह है तो तुसीं दुनिया देखी अदरवाइज तुहाडे लई दुनिया कुछ भी नहीं गी ना तुसीं दुनिया देख सकते सी उन्हां बिना तो ना देख सकोगे कभी जिंदगी उन्हां दी रिस्पैक्ट करो तुसीं माँ प्यो दी अपने और हमेशा नशियां तो दूर रहो लिमिट हुंदी हर एक चीज़ की ड्रिंक करना कोई माड़ी गल नहीं हुंदी ड्रिंक लेकिन लिमिट दे विच होवे हर एक चीज़ लिमिट दे विच होवे प्यार भी लिमिट अच्छा ड्रिंक भी लिमिट अच्छी जो भी चीज़ आप जिंदगी करते हैं हर एक चीज़ लिमिट ही अच्छी है। ये तो है नहीं जो आप गड्डी ले ली सारी दिहाड़ी गड्डी चलाई जाइए इन्ना चा चढ़िया उदी ड्रिंक शराब आ गई तो सारी पी के उठना मतलब कि इदा चीज़ा चंगिया नहीं सिर्फ अपने आप नूं लिमिट दे विच रखो तो पंजाबीयत नूं अगे बधावो तो इदा ना करो कि हर कोई आके कहिंदा पंजाबी नशेड़ी पंजाबी पंजाब च आ गया पंजाब च आ गया लेकिन तुसी अपने आप नूं इदा दा कंट्रोल रखो कि पंजाब च कुछ आ गया साडे लई कुछ भी नहीं आ अपने आप नूं साफ सुथरा रखो नशियां तों दूर रहो माँ प्यो दी रिस्पैक्ट करो सब तो पहला बाकी सब कुछ अपने आप मिल जाता लाइफ ठीक है। म्यूजिक तो इलावा शौक है मेरा म्यूजिक तो अलावा एक तो बेबे की सेवा करने का शौक है सब तो पहला जो टाइम मिले मैं चले घूम फिर आवे बंदा है ना मजा आता वे घूमना तो दूसरा शौक है घूम फिर ही है उधर तो इंडिया च देखे तो थोड़ा बहुत ही घूमे मैं एक जस्ट कोलकाता गया गुजरात गया तो उदा घूम फिर दुबई मलेशिया थाईलैंड सिंगापुर सब तो वधिया मैं वैसे एक्सपीरियंस सिंगापुर का रहा बहुत अच्छा लगा उत्थे जा के तो वधिया मतलब कि घूमन फिरन का ही शौक है वधिया शौक है घूमना फिरना भी चाहिए आ आउटिंग भी बहुत ज़्यादा जरूरी है माइंड जिहड़ा हैगा स्ट्रेस फ्री रहिंदा आ ते तुसीं जांदे जांदे तुहानूं किसे दो तुक्का सुना दो कोई भी गीत दीआं तुहाडे वास्ते सिर्फ मैं एक फोक सोंग सुना रहा जो मान साहब जी का आ जग्गा जम्मिया हो जग्गा जम्मिया ते मिलन वधाइयां जग्गा जम्मिया होए होए जम्मिया ते मिलन वधाइयां बड़ा होया डाके मारदा सूरमा सूरमा हमा कोलो बिछड़ गया पुत पूरना हमा कोलो बिछड़ गया पुत पूरना पूरना हो जगे मारिया लैलपुर डाका जगे मारिया होए होए मारिया लैलपुर डाका दारा खड़क पईआं आपे आपे तरीका भुगतणगे तेरे मापे तरीका भुगतणगे तेरे मापे मापे बहुत ही वधिया बहुत ही सुरीली आवाज ते पुराना कल्चर जिहड़ा तुसी आ दोबारा फिर जगा दिता आ और इन्ना वधिया फनकार है ये और हरेक दे मुंह दे उपर अज भी गूंजदा आ और बहुत बहुत धन्यवाद तुहाडा साडे प्रोग्राम दे विच आउण दा और बहुत बहुत शुक्रिया मैं करदा शुक्रिया अदा करदा एच एस बिल्ला जी का और एच एस रिकॉर्ड्स का मिठिया गल्लां जिस दे विच मैनूं आउण दा मौका दित्ता और मैं बहुत ही धन्यवादी हाँ इन्हां दा थैंक यू वेरी मच आई लव यू दोस्तों आई लव यू ऑल एच एस रिकॉर्ड्स चैनल दे वल्लों चल रहे प्रोग्राम मिठिया गल्लां दे विच असीं इसी तरह ही नवें नवें फनकारां नूं तुहाडे रूबरू करवाते रहांगे ते जांदी वारी मेरे वल्लों प्यार भरी सत श्री अकाल।